ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਬਹੁਤ ਹੀ ਮੰਦਭਾਗੀ ਹਿਰਦੇ ਵਿਦ ਘਟਨਾ ਵਾਪਰੀ ਸੀ ਔਰ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੁਲਿਸ ਨੇ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀਤੀ ਹੈ, ਜਿਸ ਵਿੱਚ ਕਿ ਇੱਕ ਅਸੀਂ ਆਪਣੀ ਇਨਵੈਸਟੀਗੇਸ਼ਨ ਟੀਮ ਵੀ ਬਣਾਈ, ਪਰ ਹੁਣ ਤੱਕ ਦੀ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਇਸ ਕੇਸ ਦਾ ਇਹਦੇ ਪਿੱਛੇ ਕੌਣ ਹੈ, ਸਾਜਿਸ਼ਕਰਤਾ ਕੌਣ ਹੈ ਔਰ ਕਿਹਦੇ ਕਹਿਣ 'ਤੇ ਇਸ ਦੋਸ਼ੀ ਨੇ ਇਹ ਸਾਰਾ ਜਿਹੜਾ ਇੱਥੇ ਘਟਨਾ ਕੀਤੀ ਹੈ, ਕਿਉਂ ਕੀਤੀ ਹੈ, ਇਹਦੇ ਪਿੱਛੇ ਕੌਣ ਹੈ, ਇਹਦੀ ਮਾਂ ਕੌਣ ਹੈ ਕਿ ਜਿਹਨੇ ਇਸ ਘਟਨਾ ਨੂੰ ਕਰਨ ਵਾਸਤੇ ਉਹਨੂੰ ਪ੍ਰੇਰਿਤ ਕੀਤਾ, ਸਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਹੁਣ ਤੱਕ ਜਿਹੜੀ ਆਊਟਪੁੱਟ ਹੈ ਉਹ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚੋਂ ਨਹੀਂ ਮਿਲੀ। ਔਰ ਅਸੀਂ ਪੁਲਿਸ ਇਨਵੈਸਟੀਗੇਸ਼ਨ ਦੇ ਨਾਲ ਜਿਹੜੀ ਇੱਕ ਟੀਮ ਤਾਇਨਾਤ ਕੀਤੀ ਸੀ ਕਿ ਸਾਰੇ ਵਿਚਾਰ ਸੁਣੇਗੀ ਮੌਕੇ 'ਤੇ, ਅਸੀਂ ਉਸ ਟੀਮ ਨੂੰ ਉਸ ਇਨਵੈਸਟੀਗੇਸ਼ਨ ਦੇ ਵਿੱਚੋਂ ਵਾਪਸ ਲੈ ਲਿਆ ਔਰ ਪੁਲਿਸ ਦੀ ਹੁਣ ਤੱਕ ਦੀ ਹੋਈ ਇਨਵੈਸਟੀਗੇਸ਼ਨ ਦੇ ਉੱਤੇ ਅਸੀਂ ਬਿਲਕੁਲ ਵੀ ਸੰਤੁਸ਼ਟ ਨਹੀਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਗਤ ਦੇ ਨਾਲ ਵਿਚਾਰ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਹੈ ਉਹਨੂੰ ਉਲੀਕਾਂਗੇ ਕਿ ਅਸੀਂ ਇਸ ਘਟਨਾ ਦੇ ਦੋਸ਼ੀ ਨੂੰ ਅੰਜਾਮ ਤੱਕ ਕਿਵੇਂ ਲੈ ਕੇ ਜਾਣਾ। ਪੁਲਿਸ ਕੋਲੋਂ ਤਾਂ ਮੈਂ ਪਹਿਲਾਂ ਕਹਿ ਚੁੱਕਾ ਕਿ ਸਾਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਇਨਸਾਫ ਮਿਲਣ ਦੀ ਆਸ ਬਿਲਕੁਲ ਨਹੀਂ ਲੱਗਦੀ, ਕਿਉਂਕਿ ਪੁਲਿਸ ਇਸ ਘਟਨਾ ਨੂੰ ਵੀ ਉਹਦੀ ਦਿਮਾਗੀ ਪਰੇਸ਼ਾਨੀ ਵਾਲੇ ਪਾਸੇ ਲੈ ਕੇ ਜਾਣ ਦਾ ਯਤਨ ਕਰ ਰਹੀ ਹੈ, ਜਿਹਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਸੰਗਤ ਦੇ ਸਹਿਯੋਗ ਨਾਲ ਜੋ ਪੰਥ ਦੀ ਰਾਏ ਹੋਏਗੀ ਉਹਦੇ ਮੁਤਾਬਕ ਜਿਹੜਾ ਅਗਲਾ ਪ੍ਰੋਗਰਾਮ ਹੈ ਉਹਨੂੰ ਉਲੀਕ ਕੇ ਅਤੇ ਇਹਨੂੰ ਅੱਗੇ ਲੈ ਕੇ ਜਾਵਾਂਗੇ। ਬਿਲਕੁਲ ਅਸੀਂ ਸੰਗਤ ਦੇ ਕੋਲੋਂ ਸੰਪਰਦਾਵਾਂ ਦੇ ਕੋਲੋਂ ਰਾਵਾਂ ਵੀ ਲੈ ਰਹੇ ਹਾਂ ਕਿ ਅਸੀਂ ਇਨ ਫਿਊਚਰ ਜਿਹੜਾ ਕਿ ਇੱਦਾਂ ਦੀ ਘਟਨਾ ਕਿਤੇ ਨਾ ਵਾਪਰੇ ਉਹਦੇ ਵਾਸਤੇ ਸਾਨੂੰ ਕੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ, ਕੀ ਸਾਨੂੰ ਸਿਕਿਉਰਿਟੀ ਪਰਪਸ ਜਿਹੜੇ ਨੇ ਉਹ ਵਰਤਣੇ ਚਾਹੀਦੇ ਨੇ ਤਾਂ ਕਿ ਔਰ ਜਿਹੜੀ ਮੈਨ ਪਾਵਰ ਹੈ ਉਹ ਸਾਨੂੰ ਵੱਧ ਤੋਂ ਵੱਧ ਇਹਨਾਂ ਵੱਡੇ ਸਥਾਨਾਂ 'ਤੇ ਵਧਾਉਣੀ ਚਾਹੀਦੀ ਹੈ ਤਾਂ ਕਿ ਅਜਿਹੀ ਘਟਨਾ ਕੋਈ ਪੰਥ ਦੋਖੀ ਆ ਕੇ ਨਾ ਕਰ ਸਕੇ। ਇਹ ਸੰਗਤ ਨੇ ਫੈਸਲਾ ਕਰਨਾ। ਵੈਸੇ ਮੇਰੀ ਬੇਨਤੀ ਤਾਂ ਇਹ ਹੈ ਕਿ ਤਖ਼ਤ ਸਾਹਿਬ 'ਤੇ ਕੀਰਤਨ ਚੱਲਦਾ ਹਰ ਵੇਲੇ, ਕਥਾ ਚੱਲਦੀ ਹੈ ਅਤੇ ਹੇਠਾਂ ਜਿਹੜੀ ਮੀਟਿੰਗ ਕਰਨੀ ਹੈ ਉਹ ਠੀਕ ਨਹੀਂ ਲੱਗਦੀ, ਪਰ ਜਿਹੜਾ ਅਗਲਾ ਫੈਸਲਾ ਆ ਇਹਦੇ ਖਿਲਾਫ਼ ਹੀ ਅਸੀਂ ਇਸ ਨੂੰ ਅੱਗੇ ਇਸ ਜਿਹੜਾ ਸਾਡੇ ਮਨਾਂ ਵਿੱਚ ਰੋਹ ਹੈ ਇਹਨੂੰ ਅਸੀਂ ਅੱਗੇ ਕਿਵੇਂ ਲੈ ਕੇ ਜਾਣਾ, ਇਹ ਸੰਗਤ ਨਾਲ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਉਲੀਕਾਂਗੇ। ਦੇਖੋ, ਸੰਗਤ ਗੁਰੂ ਰੂਪ ਹੈ, ਸੰਗਤ ਅਸਤੀਫੇ ਦੀ ਮੰਗ ਕਰਦੀ ਹੈ ਅਤੇ ਮੈਂ 5 ਮਿੰਟਾਂ ਵਿੱਚ ਅਸਤੀਫਾ ਦੇਣ ਵਾਸਤੇ ਤਿਆਰ ਹਾਂ, ਕਿਉਂਕਿ ਜੇਕਰ ਮੇਰੇ ਅਸਤੀਫੇ ਦੇ ਨਾਲ ਇਹ ਬੇਅਦਬੀਆਂ ਦੇ ਮਾਮਲੇ ਰੁਕ ਜਾਣ ਤਾਂ ਮੇਰੇ ਤੋਂ ਵੱਡੇ ਭਾਗਾਂ ਵਾਲਾ ਹੋਰ ਕੋਈ ਨਹੀਂ ਹੋ ਸਕਦਾ। ਮੈਂ ਬਿਲਕੁਲ ਤਿਆਰ ਹਾਂ, ਸੰਗਤ ਕਹਿਗੀ ਤਾਂ 5 ਮਿੰਟ ਲਾਊਂਗਾ ਅਸਤੀਫਾ ਦੇਣ ਲਈ, ਔਰ ਜੇਕਰ ਅਸਤੀਫਾ ਇਸ ਮਸਲੇ ਦਾ ਹੱਲ ਹੈ ਤਾਂ ਮੈਂ ਅਸਤੀਫਾ ਦੇਣ ਵਾਸਤੇ ਬਿਲਕੁਲ ਤਿਆਰ ਹਾਂ। ਸਾਰੀ ਉਹਨਾਂ ਦੀ ਡਰਾਮੇਬਾਜ਼ੀ ਹੈ। ਹੁਣ ਤੱਕ ਜਿੰਨੀਆਂ ਵੀ ਘਟਨਾਵਾਂ ਹੋਈਆਂ ਉਹਦੇ ਦੋਸ਼ੀਆਂ ਦੀਆਂ ਤਾਰਾਂ ਡੇਰਾ ਸਿਰਸਾ ਦੇ ਨਾਲ ਜੁੜੀਆਂ ਨੇ ਔਰ ਇਸ ਗੱਲ ਤੋਂ ਕਦੇ ਵੀ ਇਨਕਾਰੀ ਨਹੀਂ ਹੋ ਸਕਦੇ। ਔਰ ਖਾਸ ਕਰਕੇ ਇਸ ਕੇਸ ਦੇ ਵਿੱਚ ਇੱਕ ਹੋਰ ਪਹਿਲੂ ਜਾਣਨ ਵਾਲਾ ਹੈ ਕਿ ਇਸ ਦੋਸ਼ੀ ਦੇ ਪਿਓ ਨੇ, ਪਰਮਜੀਤ ਸਿੰਘ ਦੇ ਪਿਓ ਨੇ, ਗੁਰਮੇਲ ਸਿੰਘ ਨੇ ਇੱਕ ਡੇਰਾ ਸਿਰਸਾ ਦਾ ਉਪਾਸ਼ਕ ਹੋਣ ਕਰਕੇ ਆਪਣੇ ਪੁੱਤਰ ਪਰਮਜੀਤ ਸਿੰਘ ਨੂੰ ਨਸ਼ਾ ਛਡਾਊ ਕੇਂਦਰ ਦਾ ਬਹਾਨਾ ਬਣਾ ਕੇ ਅਤੇ ਗੁਰਮਤਿ ਵਿਦਿਆਲਿਆਂ ਦੇ ਵਿੱਚ ਛੱਡਿਆ ਹੈ। ਉਹ ਸਿਰਸੇ ਵਾਲੇ ਸਾਹਿਬ ਦਾ ਚੇਲਾ ਔਰ ਛੱਡਿਆ ਉਹਨੂੰ ਗੁਰਮਤਿ ਵਿਦਿਆਲਿਆਂ ਦੇ ਵਿੱਚ, ਉਹਦੇ ਪਿੱਛੇ ਉਹਦੀ ਮੰਸ਼ਾ ਕੀ ਸੀ, ਇਹ ਵੀ ਸਾਰਾ ਕੁਝ ਸਾਹਮਣੇ ਬਿਲਕੁਲ ਜ਼ਰੂਰ ਆਉਣਾ ਚਾਹੀਦਾ ਕਿ ਉਹਨਾਂ ਗੁਰਮਤਿ ਵਿਦਿਆਲਿਆਂ ਦੇ ਵਿੱਚ ਇਸ ਪੰਥ ਦੋਖੀ ਦੇ ਚੇਲੇ ਨੂੰ ਉਹਦੇ ਬਾਪ ਨੇ ਕਿਉਂ ਛੱਡਿਆ। ਬਹੁਤ ਵੱਡੀ ਸਿਸਟਮ ਦੇ ਵਿੱਚ ਇੱਕ ਘਾਟ ਹੈ, ਸਿਸਟਮ ਦੇ ਵਿੱਚ ਬਹੁਤ ਵੱਡੀ ਇੱਕ ਘਾਟ ਹੈ ਕਿ 295 ਇਹ ਹੋਵੇ ਚਾਹੇ ਕੋਈ ਹੋਰ ਧਾਰਾਵਾਂ ਹੋਣ, ਇਹਦੀ ਇੰਪਰੂਵਲ ਜਿਹੜੀ ਹੈ ਉਹ ਹੋਮ ਮਿਨਿਸਟਰੀ ਦਿੰਦੀ ਆ ਔਰ ਹੋਮ ਮਿਨਿਸਟਰੀ ਦਾ ਜਿਹੜਾ ਮਹਿਕਮਾ ਉਹ ਮੁੱਖ ਮੰਤਰੀ ਕੋਲ ਹੈ ਔਰ ਮੁੱਖ ਮੰਤਰੀ ਨੇ ਇੱਕ ਗੈਰ ਸਿੱਖ ਨੂੰ ਉਸ ਥਾਂ 'ਤੇ ਬਿਠਾਇਆ ਹੋਇਆ ਔਰ ਪੁਲਿਸ ਜਿਹੜੀ ਹੈ ਇੰਪਰੂਵਲ ਆਉਣ ਤੱਕ ਚਲਾਣ ਪੇਸ਼ ਨਹੀਂ ਕਰ ਸਕਦੀ। ਜਦ ਤੱਕ ਉਹਦੀ ਇੰਪਰੂਵਲ ਹੋ ਕੇ ਆਉਂਦੀ ਹੈ ਤਦ ਤੱਕ ਜਿਹੜਾ ਉਹਦਾ ਸਮਾਂ ਹੈ ਜ਼ਮਾਨਤ ਦਾ ਉਹ ਨੇੜੇ ਆ ਜਾਂਦਾ ਅਤੇ ਦੋਸ਼ੀ ਜਿਹੜੇ ਨੇ ਉਹ ਬੜੀ ਆਸਾਨੀ ਦੇ ਨਾਲ ਹੀ ਜ਼ਮਾਨਤਾਂ ਕਰਾ ਕੇ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਜਾਂਦੇ ਨੇ। ਅਸੀਂ ਧੰਨਵਾਦ ਕਰਦੇ ਹਾਂ ਰਾਣਾ ਕੰਵਰਪਾਲ ਸਿੰਘ ਹੋਰਾਂ ਦਾ ਕਿ ਜਿਨ੍ਹਾਂ ਨੇ ਇਹਦਾ ਵਾਅਦਾ ਕੀਤਾ ਹੈ ਕਿ ਸਜ਼ਾ ਵੱਧ ਹੋਣੀ ਚਾਹੀਦੀ ਹੈ, ਪਰ ਅਸੀਂ ਕਹਿੰਦੇ ਹਾਂ ਕਿ ਸਾਡੇ ਧਰਮ ਦੇ ਨਾਲ ਹੀ ਇਹ ਖਿਲਵਾੜ ਕਿਉਂ ਕੀਤਾ ਜਾ ਰਿਹਾ। ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਇਹੋ ਜਿਹੇ ਦੋਸ਼ ਕਰਨ ਵਾਲੇ ਨੂੰ ਹਮੇਸ਼ਾ ਸਜ਼ਾਏ ਮੌਤ ਦੇਣੀ ਚਾਹੀਦੀ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਲੇਕਿਨ ਸਾਡੇ ਹੀ ਧਰਮ ਨੂੰ ਹਰ ਵੇਲੇ ਹਰ ਥਾਂ 'ਤੇ ਟਾਰਗੇਟ ਕੀਤਾ ਜਾ ਰਿਹਾ, ਇਹ ਕਿਉਂ ਹੈ? ਅਸੀਂ ਗੁਰੂ ਕਿਰਪਾ ਕਰੇ ਕਿ ਐਸੀ ਘਟਨਾ ਕਿਤੇ ਨਾ ਵਾਪਰੇ, ਲੇਕਿਨ ਜੇ ਕਿਤੇ ਐਸਾ ਹੁੰਦਾ ਵੀ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ।